ਸਸਿਕਲ ਸਟੂਡੈਂਟਸ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ دلਜ ਲਰਨਿੰਗ ਪੁਆਇੰਟ ਦੇ ਉੱਪਰ ਤੇ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਜਿਹੜੀ ਗੱਲ ਕਰਾਂਗੇ ਉਹ ਹੈ ਸਟੇਸ਼ਨ ਅਲੋਟਮੈਂਟ ਨੂੰ ਲੈ ਕੇ ਮਾਸਟਰ ਕੈਡਰ 3704 ਐਟਟੀ ਕੈਡਰ 2364 ਦੇ ਉੱਪਰ ਤੇ ਲੈਕਚਰਰ ਦੀ ਭਰਤੀ ਆਉਣੀ ਹੈ ਨਹੀਂ ਆਉਣੀ ਹੈ ਤੇ ਲੈਕਚਰਰ ਭਰਤੀ ਦੇ ਵਿੱਚ ਕੀ ਨਵਾਂ ਜਿਹੜੀ ਚੀਜ਼ ਉਹ ਐਂਟਰ ਕੀਤੀ ਹੈ ਮਤਲਬ ਇਹ ਚੀਜ਼ ਸੋਚਣ ਵਾਲੀ ਹੈ ਕੁਝ ਤਾਂ ਸਟੂਡੈਂਟਸ ਇਹ ਕਹਿ ਰਹੇ ਨੇ ਕਿ ਜੋ ਨਵਾਂ ਨੋਟਿਸ ਜਾਰੀ ਹੋਇਆ ਸੀ ਐਨਸੀਟੀ ਦੇ ਦੁਆਰਾ ਕਿ ਲੈਕਚਰਰ ਭਰਤੀ ਦੇ ਲਈ ਪਹਿਲਾਂ ਟੈਟ ਹੋਇਆ ਹੋਣਾ ਜ਼ਰੂਰੀ ਹੈ ਸੋ ਉਹ ਜ਼ਰੂਰੀ ਹੋ ਗਿਆ ਪਰ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਲੈਣਾ ਹੀ ਪਏਗਾ ਅਗਰ ਲੈਕਚਰਰ ਦੀ ਭਰਤੀ ਆਉਂਦੀ ਵੀ ਹੈ ਤਾਂ ਪੇਪਰ 1 ਜੋ ਉੱਥੇ ਲਿੱਤਾ ਜਾਂਦਾ ਹੈ ਉਹ ਟੈਟ ਦੇ ਇਕੁਇਵਲੈਂਟ ਹੀ ਮੰਨ ਕੇ ਲਿੱਤਾ ਜਾਂਦਾ ਸੋ ਉਹਦੇ ਨਾਲ ਵੀ ਉਹ ਕੰਮ ਕਰ ਸਕਦੇ ਆ ਇਹ ਸਿਰਫ ਉਹਨਾਂ ਸਟੇਟਸ ਲਈ ਹੈ ਜਿਹੜੇ ਲੈਕਚਰਰ ਲਈ ਸਿਰਫ ਇੱਕ ਸਿੰਗਲ ਪੇਪਰ ਲੈਂਦੇ ਆ ਪੰਜਾਬ ਚ ਤਾਂ ਦੋ ਪੇਪਰ ਹੁੰਦੇ ਹੀ ਨਹੀਂ ਲੈਕਚਰਰ ਲਈ ਸੋ ਉਹਦੇ ਚੋਂ ਟੀਚਿੰਗ ਮੈਥਡੋਲੋਜੀ ਅ ਇੰਗਲਿਸ਼ ਪੰਜਾਬੀ ਇਹ ਸਰਕੂਲ ਸਭ ਕੁਝ ਆਉਂਦਾ ਜੋ ਟੈਟ ਦੇ ਲਈ ਉਹਨਾਂ ਨੂੰ ਜ਼ਰੂਰੀ ਚਾਹੀਦਾ ਸੋ ਚਲੋ ਉਹ ਤਾਂ ਗੱਲ ਖਤਮ ਹੋ ਗਈ ਕਿ ਲੈਕਚਰਰ ਦੇ ਵਿੱਚ ਦੋ ਹੀ ਪੇਪਰ ਹੋਣਗੇ ਹੋਰ ਲੈਕਚਰਰ ਦੇ ਵਿੱਚ ਕੀ ਨਵੀਂ ਚੀਜ਼ ਹੋਈ ਸੀਗੀ ਕਿ 50 50% ਜਿਹੜੀਆਂ ਨੇ ਪਹਿਲਾਂ ਮੰਨ ਲਓ ਲੈਕਚਰਰ ਦੀਆਂ 2000 ਪੜਤੀਆਂ ਇਹਨਾਂ ਨੇ ਕੱਢਣੀਆਂ ਹੁੰਦੀਆਂ ਮੰਨ ਲਓ 2400 ਕੱਢਣੀਆਂ ਸੀ ਜਿੰਨੀਆਂ ਵੀ ਕੱਢਣੀਆਂ ਹੋਣ ਤਾਂ ਹੁਣ ਉਹਦੇ ਜੋ 50% ਜਿਹੜੀਆਂ ਨੇ ਉਹ ਪ੍ਰੋਮੋਸ਼ਨ ਹੋਣ ਗਈਆਂ ਤੇ 50% ਜਿਹੜੀਆਂ ਉਹ ਡਾਇਰੈਕਟਰ ਰਿਕويرਮੈਂਟ ਹੋਏਗੀ। ਯਾਨੀ ਕਿ ਮੰਨ ਲਓ ਸਰਕਾਰ ਅਗਰ 2000 ਭਰਤੀਆਂ ਕੱਢਣ ਦੇ ਮੂਡ 'ਚ ਵੀ ਹੁੰਦੀ ਲੈਕਚਰਰ ਦੇ ਤਾਂ 1000 ਭਰਤੀ ਦੇ ਲਈ ਤਾਂ ਉਹ ਆਪਣੀ ਪ੍ਰੋਮੋਸ਼ਨ ਜਿਹੜੀ ਉਹ ਉਹਨਾਂ ਨੇ ਸਟਾਰਟ ਵੀ ਕਰ ਦਿੱਤੀ ਐ। 25 ਤਰੀਕ ਜਿਹੜੀ ਅੱਜ ਹੈ ਅ ਅੱਜ ਸ਼ਾਇਦ ਇਹਨਾਂ ਦੇ ਫਾਰਮ ਲਾਸਟ ਨੇ ਜੋ ਪ੍ਰੋਮੋਸ਼ਨ ਲਈ ਟੀਚਰਸ ਭਰ ਸਕਦੇ ਨੇ ਤੇ ਉਮੀਦ ਹੈ ਕਿ ਉਹਨਾਂ ਨੂੰ 1 April ਤੱਕ ਲੈਕਚਰਰ ਦੇ ਪਦ ਤੇ ਜਿਹੜਾ ਹੈ ਉਹ ਪ੍ਰੋਮੋਟ ਕਰ ਦਿੱਤਾ ਜਾਏਗਾ। ਸੋ ਇਹ ਪ੍ਰੋਮੋਸ਼ਨ ਵਾਲਾ ਕੰਮ ਤਾਂ ਸਟਾਰਟ ਹੋ ਚੁੱਕਿਆ। ਜਿਹੜਾ ਰਹਿ ਗਿਆ ਡਾਇਰੈਕਟ ਲੈਕਚਰਰ ਦੀ ਪ੍ਰਤੀ ਨਿਕਲਦਾ ਸੋ ਉਹਦਾ ਨੋਟੀਫਿਕੇਸ਼ਨ ਜਲਦੀ ਆਉਣ ਦੀ ਜਿਹੜੀ ਉਮੀਦ ਜਤਾਈ ਜਾ ਰਹੀ ਹੈ ਹੋ ਸਕਦਾ ਮਾਰਚ ਦੇ ਚੜ੍ਹਦੇ ਜਾਂ ਮਾਰਚ ਦੇ ਐਂਡ ਤੱਕ ਜਿਹੜਾ ਨੋਟੀਫਿਕੇਸ਼ਨ ਆਊਟ ਹੋ ਸਕਦਾ ਹੈ ਇੱਥੇ ਮੈਂ ਦੱਸ ਦਿਆਂ ਲੈਕਚਰਰ ਦੀ ਤੁਸੀਂ ਤਿਆਰੀ ਜਿਹੜੀ ਉਹ ਕਰਦੇ ਰਹੋ ਕਿਉਂਕਿ ਲੈਕਚਰਰ ਦੀ ਪ੍ਰਤੀ ਇੰਡੀਪੈਂਡੈਂਟਲੀ ਹੈ ਉਹਦਾ ਈਟੀਟੀ ਕੈਡਰ ਨਾਲ ਜਾਂ ਮਾਸਟਰ ਕੈਡਰ ਨਾਲ ਕੋਈ ਲਿੰਕ ਨਹੀਂ ਹੈਗਾ ਹੋ ਸਕਦਾ ਅੱਜ ਹੀ ਆ ਜਾਏ ਹੋ ਸਕਦਾ 1 ਮਹੀਨਾ ਠਹਿਰ ਕੇ ਆ ਜਾਏ ਹੋ ਸਕਦਾ 1.5-2 ਮਹੀਨਾ ਠਹਿਰ ਕੇ ਆ ਜਾਏ ਪਰ ਉਹਦੇ ਆਉਣ ਦੇ ਚਾਂਸਸ ਜ਼ਰੂਰ ਹੈਗੇ ਆ ਠੀਕ ਹੈ ਜੀ ਜਿਹੜੀ ਅਸ਼ੰਕਾ ਹੈ ਉਹ ਇਹੀ ਜਤਾਈ ਜਾ ਰਹੀ ਹੈ ਕਿ ਅ ਮਤਲਬ ਮਾਰਚ ਦੇ ਐਂਡ ਤੱਕ ਲੈਕਚਰਰ ਕਾਡਰ ਦੇ ਹੋਣ ਦੀ ਜਿਹੜੀ ਉਹ ਉਮੀਦ ਹੈਗੀ ਹੈ ਇਹ ਅਸੀਂ ਕਹਿ ਸਕਦੇ ਹਾਂ ਪਰ ਫਿਰ ਵੀ ਤੁਸੀਂ ਤਿਆਰੀ ਕਰਦੇ ਰਹੋ ਲੈਕਚਰਰ ਦੀ ਸਪੈਸ਼ਲੀ ਅੱਜ ਨਹੀਂ ਤਾਂ ਕੱਲ ਜਿਹੜੀਆਂ ਪਰਤੀ ਉਹ ਪੱਕਾ ਆਏਗੀ ਆਹੀ ਆਏਗੀ ਉਸ ਤੋਂ ਬਾਅਦ ਨੈਕਸਟ ਅਸੀਂ ਗੱਲ ਕਰਦੇ ਹਾਂ ਸਟੇਸ਼ਨ ਅਲੋਟਮੈਂਟ ਦੀ ਮਾਸਟਰ ਕਾਡਰ 3704 ਦੇ ਲਈ ਮਾਸਟਰ ਕਾਡਰ 3704 ਦੀ ਇੱਕ ਨਾ ਖਬਰ ਇਹ ਕਾਫੀ ਵੀਡੀਓਜ਼ ਕਾਫੀ ਜਗ੍ਹਾ ਇਹ ਗੱਲ ਜਿਹੜੀ ਆ ਉਹ ਚੱਲ ਰਹੀ ਹੈ ਕਿ ਇਸੇ ਹਫ਼ਤੇ ਜਿਹੜੀ ਆ ਉਹ ਸਟੇਸ਼ਨ ਅਲਾਟਮੈਂਟ ਆ ਸਕਦੀ ਹੈ ਇਹ ਇਦਾਂ ਕਿਉਂ ਕਿਹਾ ਜਾ ਰਿਹਾ ਇਸ ਚੀਜ਼ ਤੇ ਬਾ ਜਿਹੜੀ ਪਹਿਲਾਂ ਗੱਲ ਕਰਾਂਗਾ ਇਹ ਇਸ ਕਰਕੇ ਕਿਹਾ ਜਾ ਰਿਹਾ ਹਾਲਾਂਕਿ ਪੁਕਤਾ ਸਬੂਤਾ ਚਲੋ ਕਿਸੇ ਕੋਲ ਵੀ ਨਹੀਂ ਹੁੰਦੇ ਮੇਰੇ ਕੋਲ ਵੀ ਨਹੀਂ ਹੁੰਦੇ ਅਗਰ ਮੈਂ ਵੀ ਕੋਈ ਗੱਲ ਕਰਦਾ ਉਹਦੇ ਚ ਮੇਰੇ ਕੋਲ ਵੀ ਕੋਈ ਪੁਕਤਾ ਸਬੂਤ ਨਹੀਂ ਹੁੰਦਾ ਪਰ ਕੀ ਹੈ ਕਿਉਂ ਗੱਲ ਕੀਤੀ ਜਾ ਰਹੀ ਕਿਉਂਕਿ ਫਾਇਨਾਂਸ ਮਿਨਿਸਟਰੀ ਦੇ ਦੁਆਰਾ ਬੋਰਡ ਨੇ ਮਾਸਟਰ ਕੈਡਰ ਦੀਆਂ ਨਵੀਆਂ ਭਰਤੀਆਂ ਦੇ ਲਈ ਜਿਹੜਾ ਹੈ ਉਹ ਆਦੇਸ਼ ਲੈ ਲਿਆ ਹੈ। ਮਤਲਬ ਕਿ ਇਹ ਫైనాన్స్ ਮਿਨਿਸਟਰੀ ਦੁਆਰਾ ਟੀਚਰਾਂ ਦੀ ਭਰਤੀ ਜੋ ਨਵੀਂ ਕੱਢੀ ਜਾਣੀ ਹੈ ਮਾਸਟਰ ਕੈਡਰ ਦੀ ਉਹਦੇ ਆਦੇਸ਼ ਜਿਹੜੇ ਆ ਫైనాన్స్ ਮਿਨਿਸਟਰ ਦੁਆਰਾ ਪਾਸ ਹੋ ਚੁੱਕੇ ਹੈ। ਮਤਲਬ ਉਧਰੋਂ ਦੀ ਉਹਨਾਂ ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਉਹ ਸਿਰਫ ਉਹਨ ਬੋਰਡ ਤੇ ਹੈ ਬੋਰਡ ਕਦੋਂ ਜਿਹੜਾ ਹੈ ਉਹਦੇ ਉ ਜਾਰੀ ਕਰਦਾ ਹੈ। ਕਦੋਂ ਉਹਦੀ ਨੋਟੀਫਿਕੇਸ਼ਨ ਜਾਰੀ ਕਰਦਾ ਹੈ, ਵਿਗਿਆਪਨ ਦਿੰਦਾ ਜਿਵੇਂ ਅਸੀਂ ਕਹਿ ਲੈਨੇ ਆ। ਤਾੰ ਕਰਕੇ ਇਹ ਸ਼ੰਕਾ ਜਤਾਈ ਜਾ ਰਹੀ ਹੈ ਕਿ ਨਵੀਂ ਪ੍ਰਤੀਤ ਆਏਗੀ ਹੀ ਆਏਗੀ ਕਿਉਂਕਿ ਫਾਈਨਾਂਸ ਮਿਨਿਸਟਰੀ ਦੁਆਰਾ ਪਾਸ ਹੋ ਚੁੱਕੀ ਹੈ ਤੇ ਜਦੋਂ ਤੱਕ ਇਹਦੀ ਜੁਆਇਨਿੰਗ ਨਹੀਂ ਹੁੰਦੀ ਉਦੋਂ ਤੱਕ ਨਵੀਆਂ ਪ੍ਰਤੀਆਂ ਕੱਢੀਆਂ ਨਹੀਂ ਜਾਣਗੀਆਂ ਸੋ ਜੇਕਰ ਬੋਰਡ ਨੇ ਉਹ ਪ੍ਰਤੀ ਕੱਢਣੀ ਹੈ ਤਾਂ ਉਹਨੂੰ ਜਲਦੀ ਹੀ ਕੱਢਣੀ ਪਵੇਗੀ ਕਿਉਂਕਿ ਜਿਸ ਤਰੀਕੇ ਨਾਲ ਅਸੀਂ ਦੇਖਿਆ ਕਿ ਇਹ ਪ੍ਰਤੀਨੋਬੀ ਤਕਰੀਬਨ ਤਕਰੀਬਨ ਅੱਜ ਸਾਲ ਹੋ ਚੁੱਕਿਆ ਹੈ ਇਸ ਤਰੀਕੇ ਨਾਲ ਕੋਈ ਵੀ ਪ੍ਰਤੀ ਜਦੋਂ ਹੁੰਦੀ ਹੈ ਤਾਂ 6 ਮਹੀਨੇ ਲੱਗ ਜਾਂਦੇ ਉਸ ਪ੍ਰਤੀ ਨੂੰ ਪੂਰਾ ਕਰਨ ਦਾ ਪ੍ਰੋਸੈਸ ਜੋ ਹੁੰਦਾ ਹੈ ਸੋ ਜੇਕਰ ਇਹ ਅੱਜ ਨਿਕਲੇਗੀ ਮਾਰਚ ਦੇ ਵਿੱਚ ਤਾਂ ਜਾ ਕੇ ਇੱਕ ਤੇ ਸਤੰਬਰ ਅਕਤੂਬਰ ਤੱਕ ਨਿਪਰੇ ਚੜੇਗੀ ਸੋ ਕਿਤਨਾ ਕਿਤੇ ਉਮੀਦ ਹੈ ਕਿ ਜੇਕਰ ਉਸ ਨੂੰ ਮਾਰਚ ਦੇ ਐਂਡ ਤੱਕ ਕੱਢਣਾ ਵੀ ਹੋਏ ਤਾਂ ਇਹਨਾਂ ਨੂੰ ਹੁਣੇ ਹੀ ਇਹਨਾਂ ਦੀ ਜੁਆਇਨਿੰਗ ਜਿਹੜੀ ਕਰਵਾਉਣੀ ਪਏਗੀ ਇਸੇ ਕਰਕੇ ਕਈ ਜਾਣਿਆ ਨੇ ਇਹ ਕਹਤਾ ਕਿ ਹਫਤੇ ਦੇ ਵਿੱਚ ਵਿੱਚ ਜਿਹੜੀ ਹੈ ਉਹ ਜੁਆਇਨਿੰਗ ਆ ਸਕਦੀ ਹੈ ਇੱਕ ਤਾਂ ਇਹਦਾ ਕਾਰਨ ਹੈ ਦੂਸਰਾ ਕਾਰਨ ਹਫਤੇ ਦੇ ਵਿੱਚ ਵਿੱਚ ਜੁਆਇਨਿੰਗ ਦਾ ਹੋਰ ਕੀ ਨਿਕਲ ਸਕਦਾ ਹੋਏ ਹੈ ਕਿ ਜਿਹੜੇ ਬੰਦਿਆਂ ਨੂੰ ਕਲਰିକਲ ਕੰਮ ਤੇ ਲਗਾਇਆ ਗਿਆ ਸੀ ਐਕਚੁਅਲੀ ਉਹਨਾਂ ਨੇ ਆਪਣਾ ਕੰਮ ਕਰਕੇ ਜਿਹੜਾ ਉਹ ਦੇ ਤਾ ਇਹ ਖਬਰ ਹੈ ਕਿ ਜੋ ਲੈਕਚਰਰ ਮਤਲਬ ਜੋ ਕਲਰିକਲ ਕੰਮ ਦੇ ਲਈ ਉੱਥੇ ਬੁਲਾਏ ਗਏ ਸੀਗੇ ਜਾਂ ਜਿਹੜੇ ਟੀਚਰਸ ਨੇ ਉੱਥੇ ਸਕਰੂਟਨੀ ਕੀਤੀਆਂ ਨੇ ਉਹਨਾਂ ਨੇ ਆਪਣਾ ਕੰਮ ਜਿਹੜਾ ਕੰਪਲੀਟ ਕਰਕੇ ਜਮ੍ਹਾਂ ਕਰਵਾ ਦਿੱਤਾ ਹੈ ਜਾਂ ਸਾਰਾ ਕੰਮ ਉੱਥੇ ਹੋ ਚੁੱਕਿਆ ਉਹਨਾਂ ਦਾ ਸੋ ਇਹ ਖਬਰ ਮਿਲਦੇ ਹੀ ਨਾਲ ਦੇ ਨਾਲ ਇਹ ਖਬਰ ਕੱਢ ਦਿੱਤੀ ਗਈ ਹੈ ਕੁਝ ਸ਼ਬਦ ਦੇ ਦੁਆਰਾ ਜਿਵੇਂ ਮੈਂ ਵੀ ਇੱਥੇ ਕਹਿ ਰਹੇ ਹਾਂ ਕਿ ਹਫਤੇ ਦੇ ਵਿੱਚ ਵੀ ਜੁਆਇਨਿੰਗ ਹੋ ਸਕਦੀ ਹੈ ਪਰ ਮੈਂ ਇਥੇ ਨਿਕੰਗਾ ਕਿ ਹਫਤੇ ਦੇ ਵਿੱਚ ਵਿੱਚ ਹੋ ਸਕਦੀ ਮੈਂ ਸਿਰਫ ਇਹ ਕਹਿ ਰਿਹਾ ਕਿ ਵੇਟ ਕਰੋ ਕਿਉਂਕਿ ਨਵੀਆਂ ਭਰਤੀਆਂ ਦੇ ਜਿਕਰ ਆਰਡਰਸ ਉਹ ਲੈ ਚੁੱਕੇ ਨੇ ਆਦੇਸ਼ ਲੈ ਚੁੱਕੇ ਨੇ ਪਾਸ ਕਰਵਾ ਚੁੱਕੇ ਨੇ ਤੇ ਜੇ ਉਹ ਕੱਢ ਨਹੀਂ ਆਣੇ ਤਾਂ ਆਬਵੀਅਸਲੀ ਇਹ ਜੁਆਇਨਿੰਗ ਕਰਵਾਉਣਗੀ ਸੋ ਤੁਸੀਂ ਇਹ ਦੇਖੋ ਕਿ ਅਗਰ ਉਹਨਾਂ ਨੂੰ ਅੱਧੀ ਮਾਰਚ ਤੱਕ ਜਾਂ April ਦੇ ਸ਼ੁਰੂਆਤ ਤੱਕ ਉਹਨਾਂ ਦਾ ਨੋਟੀਫਿਕੇਸ਼ਨ ਜਾਰੀ ਕਰਨਾ ਹੈ ਤਾਂ ਇਹਦਾ ਮਤਲਬ ਮਾਰਚ ਦੇ ਐਂਡ ਤੱਕ ਜਾਂ ਮਾਰਚ ਦੀ ਸ਼ੁਰੂਆਤ ਤੱਕ ਤੁਹਾਡੀ ਜੁਆਇਨਿੰਗ ਪੱਕਾ ਕਰवानी ਪਏਗੀ ਸੋ ਇਹ ਇਸ ਗੱਲ ਨੂੰ ਅਸੀਂ ਮੱਦੇ ਨਜ਼ਰ ਰੱਖਦੇ ਹਾਂ ਅਸੀਂ ਕਹਿ ਸਕਦੇ ਹਾਂ ਵੀ ਕਾਫੀ ਜਲਦੀ ਜਿਹੜੀ ਆ ਉਹ ਜੁਆਇਨਿੰਗ ਜਿਹੜੀ ਉਹ ਆ ਸਕਦੀ ਹੈ ਈਟੀਟੀ 264 ਦੇ ਲਈ ਜਿਹੜੀ ਮੈਂ ਇੱਥੇ ਗੱਲ ਕਰਾਂਗਾ ਈਟੀਟੀ 264 ਲਈ ਹਲੇ ਤੱਕ ਕੋਈ ਵੀ ਗੱਲਬਾਤ ਜਿਹੜੀ ਸਾਹਮਣੇ ਨਹੀਂ ਆ ਰਹੀ ਕਿਵੇਂ ਉਹਦਾ ਜੁਆਇਨਿੰਗ ਦਾ ਹੋਏਗਾ ਨਹੀਂ ਹੋਏਗਾ ਹਲੇ ਤੱਕ ਉਹਦੀ ਕੋਈ ਵੀ ਗੱਲਬਾਤ ਜਿਹੜੀ ਆ ਉਹ ਸਾਹਮਣੇ ਨਹੀਂ ਆ ਰਹੀ ਸੋ ਦਾ ਸਪਸ਼ਟ ਹੈ ਹਜੇ ਤੱਕ ਉਹਦੀ ਹੋ ਸਕਦਾ ਸਟੇਸ਼ਨ ਅਲੋਟਮੈਂਟ ਉਹਦੀ ਕਿਸ ਤਰ੍ਹਾਂ ਕਰਨ ਹੁੰਦੀ ਹੈ ਪਰ ਹਜੇ ਤੱਕ ਉਹਦੀ ਕੋਈ ਵੀ ਗੱਲਬਾਤ ਸਾਹਮਣੇ ਨਹੀਂ ਆ ਰਹੀ ਤਾਂ ਮੈਂ ਉਹਦੇ ਤੇ ਕੋਈ ਗੱਲ ਨਹੀਂ ਕਰਾਂਗਾ ਹਜੇ ਤੱਕ ਮੇਰੇ ਕੋਲ ਉਸ ਦੇ ਸੰਬੰਧਤ ਕੋਈ ਗੱਲਬਾਤ ਕਰਨ ਲਈ ਕੋਈ ਵੀ ਫੈਕਟ ਨਹੀਂ ਹੈਗਾ ਸੋ ਇਹ ਸਾਰੀ ਗੱਲਬਾਤ ਮੇਰੇ ਵੱਲੋਂ 3704 ਦੀ ਸਟੇਸ਼ਨ ਅਲੋਟਮੈਂਟ ਲਈ ਤੇ ਲੈਕਚਰ ਆ ਰਿਕਾਰਡਰ ਦੇ ਆਉਣ ਦੇ ਲਈ ਠੀਕ ਹੈ ਜੀ ਸੋ ਕੁਝ ਬੱਚੇ ਪੀਟੀਆਈ ਦੇ ਨੋਟਿਸ ਬਾਰੇ ਜਾਨਣਾ ਚਾਹੁੰਦੇ ਸੀਗੇ ਕਿ ਉਹਦੀਆਂ ਭਰਤੀਆਂ ਹੋਣਗੀਆਂ ਜਾਂ ਨਹੀਂ ਹੋਣਗੀਆਂ ਐਕਚੁਅਲ 'ਚ ਸਰਕਾਰ ਨੇ ਉਹਦੀਆਂ ਭਰਤੀਆਂ ਨਵੀਆਂ ਨਹੀਂ ਕੱਢਣੀਆਂ ਇੱਕ ਨੋਟਿਸ ਪਾ ਕੇ ਉਹਨਾਂ ਨੇ ਦੱਸਤਾ ਕਿ ਅਸੀਂ ਉਹਨਾਂ ਨੂੰ ਕਿਵੇਂ ਅਰੇਂਜ ਕਰ ਲਾਂਗੇ ਆਪਦੀ ਲੱਗੇ ਹੋਏ ਪਹਿਲਾਂ ਦੇ ਪੀਟੀਆਈਸ 'ਚੋਂ ਸੋ ਮੈਨੂੰ ਨਹੀਂ ਲੱਗਦਾ ਉਹ ਤੇ ਹੁਣ ਕੋਈ ਖਾਸ ਗੱਲਬਾਤ ਕਰਨ ਵਾਲੀ ਹੈਗੀ ਐ ਉਸ ਨੋਟਿਸ ਨੂੰ ਸਮਝਣਾ ਤਾਂ ਤੁਸੀਂ ਉਸ ਨੋਟਿਸ ਨੂੰ ਪੜ੍ਹ ਲਓ ਪਰ ਮੇਨ ਇਹੀ ਹੈ ਕਿ ਨਾਂ ਵੀ ਪੀਟੀਆ ਦੀ ਵਰਤੀ ਨਹੀਂ ਆਏਗੀ ਕਿਉਂਕਿ ਜੋ ਬੋਰਡ ਨੇ ਕਹਿ ਦਿੱਤਾ ਕਿ ਅਸੀਂ ਆਪਣੇ ਆਪ ਅਰੇਂਜ ਕਰ ਲਾਂਗੇ ਆਪਣੇ ਪੁਰਾਣੇ ਲੱਗਿਆ ਹੋਏਾਂ ਚੋਈ ਸੋ ਮੈਨੂੰ ਨਹੀਂ ਲੱਗਦਾ ਤੇ ਕੋਈ ਖਾਸ ਗੱਲਬਾਤ ਬਣਦੀ ਐ ਸੋ ਉਮੀਦ ਕਰਦੇ ਆ ਸਾਰੀ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਐ ਜਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਲਾਈਕ ਜ਼ਰੂਰ ਕਰੋ ਮਿਲਦੇ ਆ ਕਿਸੇ ਖਾਸ ਨਵੀਂ ਵੀਡੀਓ ਨਵੀਂ ਅਪਡੇਟ ਦੇ ਨਾਲ ਪਪਾ ਖੁਸ਼